चलो मैं यार सोना हूं, मेरे सट लगी है। सो जा अपना छोटा है घर, आप ना इन होर कोई नवा नवा करी चल गई है ना। आप टका रिश्का रिश्का फुल करी इन बह के मैगी पई होनी बना ला। ओ भरावा मैगी नहीं खानी। ओ भरावा तेरा काम करने नु कदे जी नहीं करता। फोन किदा आ गया यार चक भूआ का। मैं तो सोवा। हेलो हेलो। हाँ जी पुआ सत श्री अकाल जी। सत श्री अकाल। ते मैं तो आनी पईयां बस ते चढ़ के फिर गो लै जी अज मेनू। ओ छड्डे ते होने पै पुआ आउंदी पई इस कल गो लै जी। क्या से आपा करे आउंगे सीधा करे। नहीं नहीं सीधा मोटर ते। मोटर ते होना वा। हां हां सीधा। चल आजो आजो कोई नहीं ठीक है। हां आवे। पुआ ने का बिस्कुट ले आई। आप बिस्कुट ले आयो। बिस्कुट तो ही खवाने है कि मैं ले आने है। ओहो ले आओगे तो इतने खा लागे। सानू दूर जाना पैना थोड़ा यार। अकल है नहीं कोई। बंद करो फोन। चलो हुन कुछ खाण नु की ल्याइए। तो भरावा जे ना दित्ता ते नरवा पा देना। अच्छा भूआ बहुत पढ़ी लिखी अनपढ़ ते हैगी आपां इहदे मूर्ख बना देना। आपां कोई नहीं भूआ ने तां इत्थे सौं सौं ते खुश रहे। हां उहने वेखण ही आउणा होणा वा किद्दां दा बणाया हैना। कोई नहीं उधर पै आलू बाल के खवा। आलू बाल जसकरन पहले ही सो गया। की कर गए यार। ਵਿਆਹ ਕੀ ਇੰਨੀਆਂ ਇੰਨੀਆਂ ਮਹਿੰਗੀਆਂ ਉੱਤੇ ਪਾਤੀਆਂ ਆਹ ਵਾਲੀਆਂ ਜਿਹੜੀਆਂ ਤਰਪੈਲਾਂ ਆਈਆਂ ਥੱਲੇ ਕੀ ਹੈ ਥੱਲੇ ਟੋਆ ਪੱਟ ਕੇ ਨਾ ਜੀਸੀਪੀ ਨਾਲ ਵੀਡੀਓ ਵੇਖੀ ਤੁਸੀਂ ਵੇਖੀ ਵੀਡੀਓ ਯੂਟਿਊਬ ਤੇ ਸੀ ਕਿਵੇਂ ਦੀ ਲੱਗੀ ਵਧੀਆ ਠੀਕ ਹੀ ਸੀ ਕਿ ਬਥੇਰਾ ਕਬਲ ਮਾਰਦੇ ਨਾ ਇਹ ਵਾਲਾ ਬੜਾ ਪੈਸਾ ਲੱਗਾ ਇਹਨੂੰ ਤੇ ਪਹਿਲਾਂ ਟੋਆ ਪੱਟਿਆ ਜੀ ਮੇਰੇ ਭਰਾ ਦਾ ਹੀ ਲਾਇਆ ਹੋਣਾ ਨਾ ਪੈਸਾ ਵੀ ਹਾਂ ਆਪ ਦਾ ਲਾਇਆ ਕਰੋ ਚਲੋ ਭੂਆ ਦੇਖ ਲਓ तोड़ देगी इधर दी जाओ चल मोटा दिमाग ही भूआ तेरा तेरे थले जाना गोडे देखो ए अफसर लग गए अज मंजे नु लग्या फिल्मा वेख के आई भूआ लगता फिल्मा वेखनिया ही है वेखन नु ही फिल्मा कंबल कुटिया हो कंबल कुट की हो मेनू नजारा आवे इन्हां दी कित्थे दूजा फंडल कित्थे आ जिन्हू कोई अकल नहीं सारे ओदा जलूस इन्होंने तो जो कोई पूछता ना भी ये कौन आ वीडियो कौन बना दे मैं नहीं कभी दसिया मेरे भतीजे मैं क्यों दसा जलूस नहीं रहा मेरे भा का जलूस मैं तो वेखण आई हाँ भी की जलूस कढ़िया मेरे भरा ने इत्थे कणक झोना कुछ लाउंदा बीजदा तुसी तो ओरी थां मल्ली फिरदे आ मैं लिया ना मैं गल किदा करदा तेनू अकल है वड्डे अगो किदा बोली दा सुन ला
ਅਕਲ ਆਜੂ ਕੋਈ ਤੈਨੂੰ ਸਪੀਕਰ ਨਹੀਂ ਤੇ ਆ ਕੰਬਲ ਵੇਖ ਲਿਆ ਤੂੰ ਘਰੇ ਸੁੱਤਾ ਹੀ ਰਹਿੰਦਾ ਕਿਤੇ ਮੱਝਾਂ ਨੂੰ ਪੱਠੇ ਪੁੱਠੇ ਪਾ ਇਹਨੂੰ ਕਿਨੇ ਸੱਦਿਆ ਸੱਦਿਆ ਵੇਖਾਂ ਵੇ ਜੁੰਡਲਾ ਆ ਗਿਆ ਹੁਣ ਇਹਦੇ ਨੂੰ ਕੋਈ ਚਾਹ ਚੂ ਨਾ ਲਿਆਈ ਵੇ ਜੁੰਡਲਾ ਐਦਾਂ ਹੀ ਭੇਜ ਵਾਪਸ ਵਾਲ ਮੂਲ ਕਟਾਲਾ ਵਾਲ ਮੂਲ ਕਟਾਲਾ ਲਾ ਲੋ ਭਾਈ ਪਾਣੀ ਪੀ ਲੋ ਕਿਤੇ ਸੁਰਤ ਆਵੇ ਆ ਕੀ ਇਹ ਮਿੱਟੀ ਲੱਗੀ ਨਾ ਮੋਟਰ ਤੇ ਭਾਂਡੇ ਪਏ ਆ ਤੇ ਫੇ ਮਿੱਟੀ ਲੈ ਆ ਉਹ ਖਾ ਲੈਨੇ ਆਪਾਂ ਮਿੱਟੀ ਆ ਵਧੀਆ ਸੌਰੀ 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 ਆ ਲੈ ਮੈਂ ਸਾਫ਼ ਕਰਤਾ ਤੇ ਕਿੰਨੇ ਦਿਨ ਪੁਰਾਣਾ ਪਿਆ ਉਹਦੇ ਚ ਕੁਝ ਘੜੇ ਚ ਪਿਆ ਘੜੇ ਚ ਪਾਣੀ ਠੰਡਾ ਰਹਿੰਦਾ ਲੈ ਲੈਣਾ ਕਿਤੇ ਘੜੇ ਚ ਸੱਪ ਤਾਂ ਨਹੀਂ ਨਾ ਨਾ ਸਹੀ ਆ ਇਹ ਜਿਹੜੀਆਂ ਖੁਰਜਾਂ ਖੜ ਲੈਣਾ ਇੱਥੇ ਸੱਪ ਰਹਿੰਦੇ ਆ ਇਹ ਹੁਣ ਖਾਲੀ ਇੱਥੇ ਘਰ ਰਹਿੰਦਾ ਹੁਣ ਮੈਂ ਤੇਰੇ ਮਗਰ ਹੀ ਲਾਉਣਾ ਸੱਪ ਆ ਗਈ ਤੇ ਫੇਰ ਤੂੰ ਜ਼ਿਆਦਾ ਨਾ ਬੋਲ ਇਹਦਾ ਇਹਨੂੰ ਅਕਲ ਕੋਲ ਸਿਖਾਓ ਕੋਈ ਤੂੰ ਆ ਤੈਨੂੰ ਪਤਾ ਜਦੋਂ ਦੀ ਆਈ ਸ਼ਾਂਤੀ ਫਲਾਤੀ ਇੱਥੇ ਆ ਮੈਂ ਨਹੀਂ ਪਾਣੀ ਪੀਂਦੀ ਇਦਾਂ ਦਾ ਮੈਨੂੰ ਨਹੀਂ ਇਦਾਂ ਪਸੰਦ ਨਾ ਪੀ ਲੈ ਪੂਆ ਆ ਖਾਲਾ ਪੀ ਅੱਗੋਂ ਗੱਲ ਓਏ ਆ ਪੁਰਾਣਾ ਪਿਆ ਹੋਇਆ ਸ਼ੂਗਰ ਘਰ ਇੰਨਾ ਕਿ ਛੱਡਿਆ ਵਾ ਆ ਲੈ ਪੂਆ ਖਾ ਓ ਇੱਥੇ ਬਹਿ ਤੁਹਾਨੂੰ ਮੈਂ ਸਮਝਾਉਣ ਆਈ ਆ ਕੁਝ ਹਾਂਜੀ ਪੂਆ ਦੱਸੋ ਖਾਣ ਪੂਣਾ ਮੈਂ ਬਹੁਤ ਵਾਕ ਦੱਸੋ ਮੇਰੇ ਪੋਤਰੇ ਤੁਸੀਂ ਤੇ ਕਹਿ ਰਹੇ ਕਿ ਜਿਸ ਕਰਨ ਦਾ ਰਿਸ਼ਤਾ ਆ ਭਤੀਜੇ ਦਾ ਕੀ ਕਹਿਣਾ ਹੈਗਾ ਰਿਸ਼ਤਾ ਇਹਨੂੰ ਕੌਣ ਇਹਨੂੰ ਦਊਗਾ ਕੁੜੀ ਕੰਮ ਕੋਈ ਕਰਦਾ ਨਹੀਂ ਸਾ ਸਾਰਾ ਸਾਰਾ ਦਿਨ ਬੈਠਾ ਰਹਿੰਦਾ ਵਿਹਲਾ ਸੁੱਤਾ ਰਹਿੰਦਾ ਇਹਨੂੰ ਕਿੰਨੇ ਦੇਣੀ ਕੁੜੀ ਛੱਡਾ ਹੈਲੋ ਗਾਇਸ਼ ਇਹ ਕੀ ਸਿਰ ਦੁਖਣ ਲਾਤਾ ਮੇਰਾ ਨਹੀਂ ਤੁਸੀਂ ਆਪ ਕਹਿੰਦੇ ਰਿਸ਼ਤਾ ਲੈ ਕੇ ਆਈ ਮੈਂ ਤੂੰ ਤੇ ਚੁੱਪ ਹੀ ਰਹਿ ਤੈਨੂੰ ਤਾਂ ਉੱਥੇ ਉਹ ਕਹਿੰਦੇ ਕੀ ਕੰਮ ਲੱਗ ਜਵੇ ਸਾਡੇ ਪੱਠੇ ਪੁੱਠੇ ਪਾਵੇ ਕੌਣ ਮੇਰੀ ਦੀ ਤਨਖਾਹ 10,000 ਤੂੰ ਪੋਏ ਨਹੀਂ ਲੱਗਦੀ ਕਿਉਂ ਆ ਲੱਗਦੀ ਕਿ ਮੈਂ ਮੇਰੇ ਭਰਾ ਤੁਸੀਂ ਕੰਮ ਕੋਈ ਕਰਦੇ ਨਹੀਂ ਆ ਮੇਰੇ ਭਰਾ ਵਿਚਾਰਾ ਸਾਰਾ ਸਾਰਾ ਦਿਨ ਲੱਗਾ ਰਹਿੰਦਾ ਕੰਮ ਪਿੱਛੇ ਜੇ ਬਿਮਾਰ ਹੋ ਗਿਆ ਕੰਮ ਕੋਈ ਕਰਦੇ ਆ ਤੁਸੀਂ ਆਹ ਕੰਮ ਕਰਨਾ ਜ਼ਰੂਰੀ ਕੀ ਤੁਸੀਂ ਸਮਝਿਆ ਤੈਨੂੰ ਪਤਾ ਹੈਗਾ ਆ ਉੱਤੇ ਆਈਡੀਆ ਆਈਡੀਆ ਮਹਿੰਗੀਆਂ ਆਇਆ ਕਰੋ ਸਾਡੇ ਉੱਥੇ ਛੱਤ ਨਹੀਂ ਹੈਗੀ ਰਸੋਈ ਦੀ ਤਾਂ ਸਾਨੂੰ ਦੇ ਦਿਓ ਹੈ ਐ ਕਰ ਇੱਕ ਫੁੱਲ ਫੁੱਲ ਵੀ ਲੈ ਜਾ ਕਿਹੜੇ ਫੁੱਲ ਲੈ ਆ ਜਿਹੜੇ ਇੱਧਰ ਲਾਏ ਆ ਦੇ ਦਿਓ ਫੇ ਉਹ ਨਹੀਂ ਆ ਰਹੇ ਆਪਾਂ ਤੇ ਉੱਧਰ ਮੈਂ ਮਜ਼ਾਕ ਕਰਦਾ ਇਹਨੂੰ ਨਹੀਂ ਸ਼ਰਮ ਆਇਆ ਕਿ ਨਾ ਮੰਗਾ ਤੂੰ ਨਾ ਕੰਬਲ ਲੈ ਕੇ ਸੌ ਜਾ ਤੇ ਜਾ ਘਰੇ ਜਾ ਕੇ ਸੌ ਜਾ ਜੇ ਤੇ ਸੋਣਾ ਹੀ ਆ ਫਿਰ ਉੱਥੇ ਜਾ ਕੇ ਸੌ ਜਾ ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਤੂੰ ਇੱਥੇ ਕਿਉਂ ਆਈ ਤੂੰ ਇਹ ਦੱਸ ਮੇਰਾ ਵੀ ਘਰ ਵਾ ਮੇਰੇ ਭਰਾ ਦਾ ਘਰ ਵਾ ਕਰਦਾ ਇਹ ਭੂਆ ਨੇ ਆਪਾਂ ਭੂਆ ਕਿਉਂ ਸਾਡਾ ਲਹੂ ਪੀਤਾ ਤੂੰ ਤੂੰ ਸਗੋਂ ਆ ਕੇ ਲਹੂ ਤਾਂ ਤੁਸੀਂ ਮੇਰਾ ਪੀਤਾ ਵਾ ਮੈਂ ਤਾਂ ਆਈ ਇੰਨੀ ਦੂਰੋਂ ਤੁਹਾਡਾ ਜਲੂਸ ਵੇਖਣ ਮੈਂ ਕਹਿੰਦੀ ਇਹਨਾਂ ਕੀ ਕੁੱਤੇ ਕੰਮ ਫੜੇ ਹੋਏ ਆ ਉਹ ਨਹੀਂ ਗੱਲ ਦੱਸਾਂ ਸਬਰ ਪੈਣਿਓ ਮੈਂ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਜਦੋਂ ਦੀ ਆਈ ਰੌਲਾ ਹੀ ਕਿੜ 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 ਲਾਈ ਆ ਹਾਂ ਤੂੰ ਸੱਚੀ ਜੀ ਨਹੀਂ ਔਖਾ ਕਰਤਾ ਜੀਣਾ ਔਖਾ ਕੀ ਸ਼ੁਕਰ ਕਰੋ ਵਾ ਤੂੰ ਜਨਵਰ ਆ ਤੁਹਾਡੇ ਪਿਓ ਕੋ ਨਹੀਂ ਗਈ ਤੁਹਾਡੇ ਪਿਓ ਕੋ ਜਾਂਦੀ ਤਾਂ ਤੁਹਾਡਾ ਜਲੂਸ ਹੋਰ ਨਿਕਲ ਜਾਣਾ ਹੈ ਮੈਂ ਹੁਣ ਪਿੰਡ ਦੀ ਪੰਚਾਇਤ ਇਕੱਠੀ ਕਰਨੀ ਆ ਵੀ ਇਹਨਾਂ ਮੇਰਾ ਕੀ ਜਲੂਸ ਕੱਢਿਆ ਮੈਂ ਕਿੱਥੇ ਮੂੰਹ ਦਿਖਾਉਂ ਆਪਦਾ ਤੂੰ ਬੋਲਣ ਤਾਂ ਸਾਨੂੰ ਦੇਣਾ ਨਹੀਂ ਜਾਂ ਤਾਂ ਆਪ ਹੀ ਚਲੀ ਸੁਣਨਾ ਹੀ ਤੁਹਾਨੂੰ ਸੁਣਾਉਣੀ ਆਈ ਅੱਜ ਜੋ ਮੈਂ ਸੁਣੀਆਂ ਲੋਕਾਂ ਤੋਂ ਤੁਹਾਨੂੰ ਸੁਣਾਉਣ ਆਈ ਤੇ ਸੁਣੋ ਅਕਲ ਕੋ ਸਿੱਖੋ ਆ ਢਿੰਜਣ ਲੈ ਕੇ ਆਏ ਆ ਇਹ ਕਿੰਨੇ ਦਾ ਲੈ ਕੇ ਆਏ 800 ਦਾ ਹੈ ਇਹ ਮੈਨੂੰ ਤਾਂ ਮੱਛਰਦਾਨੀਆਂ ਤੇ ਲਾਉਣਾ ਮੈਂ ਪੰਗਾ ਹੀ ਪਾ ਲਿਆ ਜਦੋਂ ਦੀ ਆਈ ਆ ਆ ਬੁਗਣੀ ਚ ਮਣੇ ਵਿਖਾਈ ਪੈਸੇ ਹੈਗੇ ਵਿੱਚ ਕੁਛ ਲੈ ਖਾਲੀ ਟੰਗੀ ਹੋਈ ਵੇਖਾਂ ਕਿੱਦਾਂ ਕਲੋਲਾ ਕਰਦੇ ਆ ਆ ਕੀ ਕੁਛ ਟੰਗੀ ਤਾਈ ਕਿਹਾ ਹੀ ਵੇਖ ਕੀ ਜਲੂਸ ਕੱਢਦੇ ਲੈ ਵੇਖਾਂ ਲੈ ਕੀ ਵੇਖਾਂ ਸਾਰਿਆਂ ਨੇ ਵੇਖ ਲਈ ਵੀਡੀਓ ਦੇਖਾਂ ਸਾਰਿਆਂ ਨੇ ਵੇਖ ਲਈ ਵੀਡੀਓ ਮੈਨੂੰ ਵੇਖਣੀ ਆਉਂਦੀ ਹੋਵੇ ਤੁਹਾਡਾ ਮੈਂ ਜਲੂਸ ਵਿੱਚ ਹੀ ਕੱਢਣਾ ਆ ਕੇ ਕਿਉਂ ਕਹਦਾ ਪੁਆ ਤੁਹਾਨੂੰ ਪੜਾ ਤੈਨੂੰ YouTube ਚਲਾਉਣਾ ਨਹੀਂ ਆਉਂਦਾ YouTube YouTube ਆਉਂਦੀ ਹੋਵੇ ਨਾ ਤੇ ਮੈਂ ਤਾਂ ਤੁਹਾਨੂੰ ਵਿੱਚ ਹੀ ਦੱਸਦਾ ਪਤਾ ਜਿਹੜਾ YouTube ਹੈਗੀਆਂ ਸ਼ੁਕਰ ਕਰੇ ਤੇ ਉਹ ਕੀ ਖੁੰਝ ਕਰ ਲੋ ਕੀ ਬਣਾਇਆ ਹੋਰ ਸੋਈ ਆ ਤੇ ਫਣੀਆਂ ਸੱਪ ਵਾਲਿਆ ਅਸੀਂ ਐਂ ਕਿਹਾ ਜਦੋਂ ਪੁਆ ਆਈ ਤਾਂ ਲੜਾ ਕੇ ਤੇ ਬਾਹਰ ਕੱਢ ਦਾਂਗੇ ਚੱਲ ਵੀ ਹੋਰ ਸੋਈ ਆ ਦੀ ਇਹ ਤੈਨੂੰ ਗੱਲ ਕਰ ਕੋਈ ਅਕਲ ਹੈ ਕਿ ਨਹੀਂ ਤੈਨੂੰ ਨਹੀਂ ਪੁਆ ਹੈਗੀ ਮੈਨੂੰ ਕਿੱਥੋਂ ਆਉਣੀ ਉਧਰ ਆਪਾਂ ਫਿਰ ਕੰਮ ਕਰੀ ਤੇ ਤਗੜੇ ਤਗੜੇ ਕੰਮ ਤਾਂ ਵੇਖ ਲੈ ਲੋਕਾਂ ਨੇ ਵੀ ਵੇਖ ਲਏ ਤਾਂ ਅਸੀਂ ਵੀ ਵੇਖ ਲਈ ਵੇਖਣੇ ਚਾਹੀਦੇ ਤਗੜੇ ਕੰਮ ਵੇਖੋਗੇ ਫੇਰ ਹੀ ਗੱਲ ਬਣਨੀ ਹੁਆ ਇਹਦੀ ਵੀਡੀਓ ਵਾਇਰਲ ਹੋਈ ਇਸ ਇੱਕ ਮੈਂ ਵੇਖੀ ਤਮਾਸ਼ਾ ਜਾਂ ਇੰਸਟਾਗ੍ਰਾਮ ਖਰੇ ਕੀ ਲੈ ਕੋਈ ਨਾ ਤਾਉਂਦਾ ਨਹੀਂ ਪਤਾ ਨਹੀਂ ਕੀ ਤੇ ਕਹਿੰਦਾ ਹੱਥ ਜਿਹਾ ਕਰਦਾ ਵਾ ਕਹਿੰਦਾ ਤੇ ਕੀ ਕਹਿੰਦਾ ਤੇ ਗਾਣਾ ਖਰੇ ਲਾਇਆ ਸਿੱਧੂ ਮੂਸੇਵਾਲ ਦਾ ਨਹੀਂ ਸ਼ਰਮਕਾਰ ਅੰਡਰਗਰਾਉਂਡ ਅੰਡਰਗਰਾਉਂਡ ਬੰਦੇ ਘਰ ਹੈ ਨਹੀਂ ਤੇਰਾ ਕੀ ਕਹਿੰਦਾ ਉੱਪਰ ਤੱਕ ਮਾਰਾਂ ਨਹੀਂ ਉੱਪਰ ਤੱਕ ਮਾਰਾ ਸਾਨੂੰ ਕੁਛ ਕਿੱਥੋਂ ਤੱਕ ਮਾਰਾਂ ਤੇ ਕਿੱਥੋਂ ਦੀ ਮਾਰਾਂ ਤੈਨੂੰ ਪੁਆ ਤੈਨੂੰ ਥੱਲੇ ਲੈ ਜਾਂਦਾ ਕਿ ਨਹੀਂ ਮਾਰਾਂ ਮੈਂ ਜਾਂਦਾ ਤੁਹਾਡਾ ਤਾਂ ਜਲੂਸ ਕੱਢਣਾ ਹੀ ਮੈਂ ਆ ਦਿਖਾ ਉੱਥੇ ਮਾੜਾ ਜਾ ਉੱਥੇ ਕੀ ਬਣਾਇਆ ਤੁਹਾਡਾ ਨਾ ਨਾ ਵੇਖਣਾ ਕਿਉਂ ਆ ਐਨੀ ਬੇਇੱਜ਼ਤੀ ਕੀਤੀ ਉਹ ਆ ਖੁਸ਼ ਕਰਾਂ ਤੈਨੂੰ ਖੁਸ਼ ਕਰਨਾ ਤੂੰ ਮੈਨੂੰ ਵੇਖ ਫਿਰ ਟਾਟਾ ਚਲੋ ਜੀ ਹਾਏ ਹਾ ਵੇ ਇੰਨਾ ਖਰਚਾ ਉਤੋਂ ਬਲਬ ਵੀ ਲਾਇਆ ਇਦਾਂ ਹੀ ਨਾ ਫਿਰ
ਸਬਰ ਪੈਣਿਓ ਮੇਰੇ ਭਰਾ ਵਿਚਾਰੇ ਨੂੰ ਕਰਦੇ ਨਾ ਤੁਸੀਂ ਕਰਜਾਈ ਦੋ ਦਿਨਾਂ ਚ ਜੇ ਇਹ ਕੰਮ ਹੀ ਰਿਹਾ ਤਾਂ ਸਾਡੀ ਟੌਰ ਆ ਤੁਹਾਡੀ ਟੌਰ ਤੇ ਮੇਰੇ ਭਰਾ ਦਾ ਜਲੂਸ ਕਾਹਦਾ ਇਹਦੇ ਚ ਜਲੂਸ ਬਲਬਲ ਆਇਆ ਉਹ ਐ ਤੇ ਜਦ ਘਰੇ ਚੱਲ ਜਾਂਦੀ ਇੱਥੇ ਕਰਨ ਆਈ ਆ ਮੈਨੂੰ ਤੇ ਇਹ ਨਹੀਂ ਸਮਝ ਆਈ ਇਹਨੇ ਯਾਰ ਕੋਈ ਚੀਜ਼ ਪਸੰਦ ਵੀ ਨਹੀਂ ਕੀਤੀ ਤੁਹਾਨੂੰ ਦੱਸਣ ਪਤਾ ਵੀ ਇਹ ਕੰਮ ਛੱਡ ਦੋ ਪਤਾ ਸਾਨੂੰ ਨਹੀਂ ਦੱਸਣ ਤੇ ਫਿਰ ਤੋਂ ਪੁੱਛਣਾ ਆਈ ਜਿਹੜੀ ਆਪ ਅਨਪੜ੍ਹ ਆ ਇਹ ਕੰਮ ਛੱਡੋਗੇ ਨਾ ਤੇ ਤੈਨੂੰ ਰਿਸ਼ਤਾ ਆਉਣਾ ਵਾ ਤੁਸੀਂ ਪੜੋ ਪਹਿਲੇ ਭੂਆ ਕਿਤਾਬਾਂ ਲੈ ਤੈਨੂੰ ਤੂੰ ਤਾਂ ਮੰਜੇ ਨੂੰ ਲੱਗਿਆ ਰਹਿਣਾ ਵਾ ਮੰਜੇ ਨੂੰ ਕੀ ਲੱਗਿਆ ਰਹਿਣਾ ਦਿਨ ਰਾਤ ਸੁੱਤਾ ਹੀ ਰਹਿਣਾ ਗੱਲਾਂ ਕਰ ਦੇਖੋ ਭੂਆ ਮੇਰੀ ਗੱਲ ਸੁਣ ਜਮਾਨਾ ਬਹੁਤ ਅੱਗੇ ਨਿਕਲ ਗਿਆ ਵਾ ਤੇ ਤੁਸੀਂ ਪਿੱਛੇ ਹੀ ਰਹਿ ਗਏ ਆ ਪਿੱਛੇ ਤੂੰ ਹੀ ਰਹਿ ਗਏ ਖੁੱਡ ਚ ਅਜਾ ਪਰੇ ਤੂੰ ਗੱਲ ਸਿਆਣਾ ਆ ਤੂੰ ਭੂਆ ਇਹਦੇ ਚ ਬਹਿ ਜਾ ਕਿਤੇ ਜਾ ਕੇ ਮੈਨੂੰ ਤੇ ਇਹੀ ਸਮਝ ਨਹੀਂ ਵੀ ਗਾਰਡਰ ਵੀ ਉੱਤੋਂ ਲਾਏ ਜੇ ਕੋਈ ਪਸ਼ੂ ਪਸ਼ੂ ਉੱਤੇ ਆ ਗਿਆ ਤਾਂ ਫੇਰ ਮੈਂ ਤੋਂ ਮਰ ਗਈ ਭੂਆ ਜਿਨ੍ਹਾਂ ਨੇ ਪਸ਼ੂਆਂ ਵਰਗਾ ਸੋਚਣਾ ਉਹਨਾਂ ਨੂੰ ਪਸ਼ੂ ਦਿਖਣੇ ਹਾਂ ਸਾਨੂੰ ਨਹੀਂ ਦਿਖਦੇ ਕੰਮ ਤਾਂ ਕੋਈ ਪੱਕਾ ਕਰੋ ਇਹ ਬਹੁਤ ਰਿਸਕੀ ਕੰਮ ਵਾ ਮੈਂ ਹੁਣ ਪੱਕੇ ਤੇ ਵੀ ਆ ਗਈ ਉਹਦਾ ਤਾਂ ਕਹਿੰਦੀ ਇਹ ਪਸੰਦ ਨਹੀਂ ਆਇਆ ਤਾਂ ਹੁਣ ਪੱਕਾ ਕੰਮ ਕਰੋ ਤੂੰ ਕਿਉਂ ਇੰਨਾ ਲੜਦਾ ਪਿਆ ਉਹਦੇ ਨਾਲ ਉਹਦਾ ਚੱਲ ਦਿਮਾਗ ਮੂਲ ਮੱਥਾ ਹੀ ਇਹੋ ਜਿਹਾ ਤੇ ਤੂੰ ਤਾਂ ਸਹੀ ਆ ਜਾਂ ਜੁੰਡਲਾਲ ਦੇ ਵਾਲ ਕਟਾ ਕੇ ਆ ਸਿਰ ਥੋੜਾ ਹੌਲਾ ਹੋਵੇ ਤੇਰਾ ਮੈਨੂੰ ਫੋਨ ਲੈ ਕੇ ਦਿੱਤਾ ਕਹਿੰਦਾ ਪੈਸੇ ਹੈ ਨਹੀਂ ਗੇ ਤਾਂ ਪੱਠੇ ਵੇਚ ਕੇ ਲੈ ਕੇ ਦਿੱਤਾ ਵੇ ਲੈ ਕਿੱਦਾਂ ਆ ਲਿਆਉਣੇ 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 ਤੈਨੂੰ ਮੈਂ ਖਾਣ ਨੂੰ ਦਿੰਦਾ ਠੀਕ ਹੈ ਖਾਣ ਨੂੰ ਮੈਂ ਖੁੰਡਾ ਖਰਲਾ ਵਾਲਾ ਨਹੀਂ ਖਾਂਦੀ ਗੰਦ ਪਿੰਡ ਨਾ ਨਾ ਕਰਨਾ ਲਿਆ ਉਹ ਚੱਜ ਦਾ ਕੁਛ ਪੀਜੇ ਬਰਗਰ ਆ ਲਿਆ ਆ ਤੋਰੀਆਂ ਲੈ ਭੂਆ ਲੈ ਭੂਆ ਆ ਤੇਰੀ ਆ ਮੈਗੀ ਬਣਾ ਕੇ ਖਾ ਲਈ ਜਿਵੇਂ ਦਾ ਤੇਰੇ ਸੂਟ ਦਾ ਰੰਗ ਉਵੇਂ ਦੀ ਮੈਗੀ ਲਿਆਂਦੀ ਆ ਤੂੰ ਤੇ ਚੁੱਪੀ ਕਰ ਜਾ ਸ਼ਰਮ ਕਰੋ ਦੋਵੇਂ ਅਕਲ ਸਿੱਖੋਗੇ ਗਾਂ ਦਾ ਤੁਹਾਡਾ ਸੁਧਰੂ ਭਵਿੱਖ ਆ ਕੰਮ ਛੱਡੋ ਆ ਕਿੰਨਾ ਟਾਈਮ ਚੱਲ ਤੂੰ ਦੱਸ ਭੂਆ ਕੀ ਕਰੀਏ ਚੱਲ ਇਹਦੀ ਪੁੱਛ ਲਈਏ ਅੱਜ ਭੂਆ ਦੀ ਗੱਲ ਆਰਮੀ ਆਲ ਆਰਮੀ ਵਿੱਚ ਕਰੋ ਭਰਤੀ ਆਈ ਜਿਹੜੀ ਭਰਤੀ ਕਰੋ ਕੀ ਕਰਨੀ ਗਿਆ ਸੀ ਕਿ ਆ ਆਰਮੀ ਚ ਭਰੇ ਕਾਦ ਹੀ ਛੋਟਾ ਤੋ ਉਹਨਾਂ ਨੇ ਮਾਰ ਕੇ ਦੋ ਡੰਡੇ ਤੇ ਬਾਹਰ ਕੱਢਦਾ ਕਹਿੰਦੇ ਬਕ 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 ਆ ਤਾਂ ਨਿਕਲ ਗਿਆ ਚੱਲ ਹੈ ਤੁਸੀਂ ਮਦਰੇ ਐ ਕਰੋ ਤੁਸੀਂ ਕੋਈ ਮਦਰਿਆਂ ਵਾਲਾ ਲੱਭ ਲਓ ਕੋਈ ਹੈ ਜੌਬ ਜੂਬ ਇਦਾਂ ਦੀ ਮਦਰਿਆਂ ਮਦਰੇ ਬਸ ਕਿਚਨ ਚ ਰੋਟੀਆਂ ਪਕਾਉਣਗੇ ਤੇ ਐ ਕਰੋ ਤੁਹਾਡੇ ਲਈ ਉਹ ਵੀ ਕੰਮ ਸਹੀ ਤੁਸੀਂ ਉਹ ਜਾ ਜਾ ਕੰਮ ਕਰ ਪੂਆ ਜਾ ਕੇ ਕਿਤੇ ਤਾਂ ਕਦੀ ਆਈਆਂ ਕਿਚਨ ਕੁਚਨ ਆ ਨਹੀਂ ਚੱਲ ਜੂਗਾ ਕੰਮ ਤੂੰ ਪੂਆ ਸੜਦੀ ਆ ਸਾਡੇ ਤੋਂ ਮੈਨੂੰ ਪੈਣ ਲੱਗਦਾ ਸਰਦੀ ਪੁੱਤ ਨਹੀਂ ਤੇਰਾ ਤੁਹਾਡਾ ਚੰਗਾ ਹੀ ਸੋਈ ਅੱਛਾ ਕਿਚਨ ਚਲਾ ਦੇ ਸਾਨੂੰ ਰੋਟੀਆਂ ਪਕਾਉਣੀਆਂ ਹਲਵਾਈ ਬਣਾ ਦੇ ਸਾਨੂੰ ਆਪ ਤੇ ਪਕਾਪ ਕਰ ਵੇ ਮੂੰਹ ਕੀ ਬਣਾ ਕੇ ਰੱਖਿਆ ਆ ਮੈਂ ਪਕਾਉਣੀ ਕਿੱਥੇ ਕਬੜੀ ਮੇਰੀ ਤਾਂ ਪੂਰੀ ਟੌਰ ਆ ਜੇ ਟੌਰ ਤੇਰੀ ਘਰੇ ਤੇ ਇਹ ਸੁੱਤਾ ਤੈਨੂੰ ਕਿਉਂ ਮਾਰਾ ਲੱਗਦਾ ਨਹੀਂ ਇਹਦੀ ਟੌਰ ਇਹਨਾਂ ਦੀਆਂ ਉਮਰਾਂ ਕੰਮ ਕਰਨ ਦੀਆਂ ਮੇਰੀਆਂ ਬਹਿ ਕੇ ਖਾਣ ਵਾਲੀਆਂ ਠੀਕ ਆ ਨਾ ਹੋਣੇ ਆ ਰੋਜਾ ਤੇ ਹਰਕਤ ਬਥੇਰਾ ਵਾ ਉਮਰਾਂ ਚ ਚੱਲ ਓਦਾਂ ਵਧਗਾ ਵੀ ਆ ਵੀ ਥਾਂ ਠੰਡਾ ਰਹਿੰਦਾ ਗਰਮੀ ਚ ਮੱਛਰ ਪੂਆ ਤੂੰ ਕੱਲੀ ਆ ਜਿਹਨੇ ਥਾਂ ਲਿੰਦਿਆ ਨਹੀਂ ਤੇ ਸਾਰਿਆਂ ਦੀ ਰੂਹ ਖੁਸ਼ ਹੋ ਗਈ ਵੇਖ ਕੇ ਪਤਾ ਤੈਨੂੰ ਇਹ ਜਾਨਵਰ ਆ ਕੇ ਓਈ ਇਹ ਜਾਨਵਰਾਂ ਨੂੰ ਇੱਥੋਂ ਕੱਢੋ ਬਾਹਰ ਆਕਲ ਕੋਲ ਸਿੱਖ ਤੂੰ ਜਾਨਵਰੋ ਜਾਓ ਬਾਹਰ ਨਾ ਪਤਾ ਕੀ ਆ ਫਿਰ ਇਨਸਾਨ ਦੀ ਅੱਖ ਨਾ ਦੇਖੋ ਸਰ ਜਾਨਵਰ ਕਿਉਂ ਜਾਨਵਰ ਤੂੰ ਪਿੱਛੇ ਵਾਏ ਆ ਓ ਮੈਂ ਲੱਭ ਤੂੰ ਕਿੱਥੇ ਕਹਿ ਪੂਆ ਚਾ ਪੂਆ ਨਾ ਰੋ ਕੋਈ ਨਹੀਂ ਤੂੰ ਬਸ ਸਕੀਮਾ ਲਾ ਵੀ ਅਸੀਂ ਦੋਵੇਂ ਰਲ ਕੇ ਹੁਣ ਇਹਦੀ ਬੇਇੱਜ਼ਤੀ ਕਰੀਏ ਮੇਰੀ ਨਾ ਹੋਊ ਨਹੀਂ ਨਹੀਂ ਉਹ ਭੂਆ ਉਹ ਕੀ ਮੈਂ ਕਰਨੀ ਕਰਨੀ ਉਹਨੇ ਵੇ
ਕਿੰਨੀ ਗਰਮੀ ਤੋਂ ਤੇ ਵਾਲਾਂ ਦੇ ਜੁੰਡਿਆਂ ਦੇ ਉੱਤੇ ਉਹ ਟੋਪੀ ਪਾਈ ਲੈ ਉਹ ਚੱਲ ਤਾਂ ਭਾਈ ਜੁਮਾ ਪਈਆਂ ਹੋਈਆਂ ਨੇ ਉਹ ਤਾਂ ਮੇਰੀ ਮਰਜ਼ੀ ਬਈ ਇਹਦੇ ਚ ਤਾਂ ਮੇਰੀ ਜ਼ਿੰਦਗੀ ਆ ਤੁਸੀਂ ਨਾ ਬਹੁਤ ਮੈਨੂੰ ਚੰਗਾ ਨਹੀਂ ਲੱਗਦਾ ਪਿਆ ਮੈਂ ਤੂੰ ਆ ਮੇਰੀ ਗੱਲ ਸੁਣ ਤੁਸੀਂ ਕਿਤੇ ਵੀਡੀਓ ਤਾਂ ਨਹੀਂ ਬਣਾ ਲਈ ਮੇਰੀ ਉਹ ਤਾਂ ਤੈਨੂੰ ਕੱਲ ਨੂੰ ਪਤਾ ਲੱਗੂ ਜਦੋਂ ਪੈ ਗਈ ਜਦੋਂ ਅਪਲੋਡ ਹੋ ਗਈ ਵੇਖੀ ਚੱਲ ਹਨੇਰੀ ਤੇਰੀ ਬੰਨ ਗਈ ਮੇਰੀ ਵੀਡੀਓ ਪੈ ਗਈ ਪੰਚਾਇਤ ਇਕੱਠੀ ਹੋ ਜੂਗੀ ਤੇ ਤੁਹਾਡਾ ਜਲੂਸ ਨਿਕਲ ਜੂਗਾ ਭੂਆ ਪੰਚਾਇਤ ਤਾਂ ਭੂਆ ਤੇਰੇ ਵਿੱਚ ਕਿੰਨੇ ਆਉਣਾ ਇੰਨਾ ਤਰੋਲਾ ਪਾਉਣੀ ਆ ਤੂੰ ਤਾਂ ਕੱਲੀ ਪੰਚਾਇਤ ਆ ਤੇ ਤੁਹਾਡਾ ਜਲੂਸ ਤਾਂ ਸਾਰੇ ਕੱਢਦੇ ਆ ਤੇ ਵਿੱਚ ਮੈਂ ਚੱਲ ਜੂਗੀ ਮੈਨੂੰ ਕੀ मिट्टी लाउन डे तुसी भी कुछ कर लिया करो तू भी घरे रोटियां रटियां पकाया कर जाके वेले इत्थे काम कर रोला पौनी है मेरी उमर रोटियां पकाउण वाली ताडी उमर आ कंबल च अच्छा अंडरग्राउंड च वड़ गई आन के उत्तो पौड़ी उतर के रोटियां नहीं पकदियां मेरे पर्स विच कल्ला मोबाइल आ भूआ लैण आउंदियां हुंदियां भूआ उहनां नूं देईदा हुंदा वा ठीक है ना प्यार देना वा ले आ फड़ फड़ ब्लैक ला के दे दिंदे आ आ फड़ ले जा मोमबत्ती चाह बनानी ठीक है आ एक होर दे दी दो मोमबत्ती चाह बनानी जल्दी चाह बनाओ काम करना सीखो वाह वाह बहुत बढ़िया तो मेनू एवे ना तड़फाओ जा बस ताडा चंगा ही सोच रहे हां पुत हण जो जो करना है जिंदगी च जो करना करो चंगा हां जो करदे बहुत वधिया चंगा भाई भुआ एक मिनट बैठ जा बैठ जा पता लग जा ला दे बल्ब सबर पैने काम छड़ दो की जलूस कढ़िया मेरा दुखी करता मेरा शीशा ले जावे किन्ने दा साडे है नी बाथरूम च लगा सारा कुछ ही है जाके अहीं बस चुप कर तेरे चक्कर पै जा रहे अगे गुड चढ़िया जाता नहीं बड़ी क्यों